ਜੇਨਨ 20-20 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਉਹ ਪੰਜਾਬੀ ਹੋ ਗਏ ਆ ਉਹ ਪ੍ਰਵਾਸੀ ਨਹੀਂ ਰਹੇ ਹੈ ਤਾਂ ਫਿਰ ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਵੀ ਆਏ ਸਿਓ ਪਾਕਿਸਤਾਨੀ ਥੋੜੀ ਐ ਨਾਮੇ ਪੰਜਾਬ ਛੱਡੇ ਨਾ ਮੈਂ ਕਿਤੇ ਪੰਜਾਬ ਛੱਡਣਾ ਮੈਂ ਪੰਜਾਬ ਤੋਂ ਮੈਂਬਰ ਆਫ ਪਾਰਲੀਮੈਂਟ ਬਣਾਗਾ ਲੇਕਿਨ ਪੰਜਾਬ ਥੋੜੀ ਛੱਡਾਂਗਾ ਪੰਜਾਬ ਚ ਹੀ ਰਵਾਂਗਾ ਪੰਜਾਬ ਦੇ ਲੋਕਾਂ ਦੀ ਇਸ਼ੂਜ਼ ਰੇਜ਼ ਕਰਾਂਗਾ ਪੰਜਾਬ ਦੇ ਮੁੱਦਿਆਂ ਤੇ ਲੜਾਈ ਕਰਾਂਗਾ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਕਿਉਂਕਿ ਬਹੁਤ ਸਾਰੇ ਪੰਜਾਬੀ ਪਿੰਡੂ ਜੜੇ ਸਨ ਜਿਹੜੇ ਚੰਡੀਗੜ੍ਹ ਵਸਿਆ ਔਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅੱਜ ਨਹੀਂ ਤਾਂ ਕੱਲ ਅਸੀਂ ਆਪਦਾ ਜਿਹੜਾ ਕਲੇਮ ਹੈ ਉਹ ਲੈ ਕੇ ਰਵਾਂਗੇ ਪੰਜਾਬ ਵਿੱਚ 1 ਜੂਨ ਨੂੰ ਚੋਣਾਂ ਨੇ ਔਰ ਲੁਧਿਆਣਾ ਸੀਟ ਇਸ ਕਰਕੇ ਆਇਆ ਮੈਂ ਕਿ ਇੱਥੇ ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਔਰ ਦੂਜੇ ਪਾਸੇ ਬੀਜੇਪੀ ਦੇ ਰਵਨੀਤ ਬਿੱਟੂ ਚੋਣ ਮੈਦਾਨ ਦੇ ਵਿੱਚ ਨੇ ਆ ਰਾਜਾ ਵੜਿੰਗ ਮੇਰੇ ਨਾਮ ਜੁਦੀ ਰਾਜ ਸਭ ਪਹਿਲੀ ਗੱਲ ਤਾਂ ਇਹ ਹੈ ਕਿ ਕਿਸ ਤਰੀਕੇ ਦੀ ਚੋਣ ਕੈਂਪੇਨ ਚੱਲ ਰਹੀ ਹੈ ਔਰ ਕੀ ਕੀ ਮੁੱਦੇ ਤੁਸੀਂ ਲੁਧਿਆਣਾ ਵਾਸੀਆਂ ਕੋਲ ਲੈ ਕੇ ਜਾ ਰਹੇ ਹੋ ਬਹੁਤ ਸੋਹਣੀ ਕੈਂਪੇਨ ਚੱਲ ਰਹੀ ਹੈ ਬਾਬਾ ਜੀ ਦੀ ਬੜੀ ਕਿਰਪਾ ਹੈ ਲੋਕਾਂ ਦੇ ਬਹੁਤ ਪਾਰੀ ਉਤਸਾਹ ਇਸ ਚੋਣਾਂ ਦੇ ਵਿੱਚ ਵੇਖਣ ਨੂੰ ਮਿਲਿਆ ਔਰ ਕਾਂਗਰਸ ਦੇ ਪ੍ਰਤੀ ਰੁਝਾਨ ਮੈਨੂੰ ਨਜ਼ਰ ਆਉਦਾ ਵੇਖਿਆ ਕਿਉਂਕਿ ਉਹਨਾਂ ਨੇ ਦੋਨੋਂ ਸਰਕਾਰਾਂ ਦੇਖ ਲਈਆਂ ਆਮ ਆਦਮੀ ਪਾਰਟੀ ਵੀ ਦੇਖ ਲਈ ਹੈ ਔਰ ਭਾਜਪਾ ਦੀ ਸਰਕਾਰ ਵੀ 10 ਸਾਲ ਦੇਖੀ ਹੈ ਆਉਣ ਵਾਲਾ ਜਿਹੜਾ ਜਿਹੜੇ ਨਤੀਜੇ ਹੋਣਗੇ ਉਹ ਕਾਂਗਰਸ ਪੱਖੀ ਹੋਣਗੇ ਸਵਾਲ ਇਹ ਕਿ ਬਠਿੰਡੇ ਤੋਂ ਲੁਧਿਆਣਾ ਆਉਣਾ ਇਕੀ ਰਾਜਾ ਅਮਰਿੰਦਰ ਸਿੰਘ ਦੀ ਆਪਦੀ ਜ਼ਿੰਮੇਵਾਰੀ ਸੀ ਜਾਂ ਪਾਰਟੀ ਦੀ ਜ਼ਿੰਮੇਵਾਰੀ ਕਰਕੇ ਔਰ ਲੁਧਿਆਣਾ ਕਿਉਂ ਚੂਸ ਕੀਤਾ ਦੇਖੋ ਮੈਂ ਚੋਣਾਂ ਨਹੀਂ ਲੜਨਾ ਚਾਹੁੰਦਾ ਸੀਗਾ ਚੁਨਾਵ ਕਾਂਗਰਸ ਪਾਰਟੀ ਦਾ ਹੁਕਮ ਹੋਇਆ ਰਾਹੁਲ ਜੀ ਦਾ ਹੁਕਮ ਹੋਇਆ ਕਿ ਆਪਾਂ ਲੁਧਿਆਣੇ ਤੋਂ ਚੋਣ ਲੜਨੇ ਐ ਐਂਡ ਮੇਰੇ ਬਾਸ ਦਾ ਹੁਕਮ ਤਾਂ ਮੇਰੇ ਅਸਤੇ ਅਲਾ ਹੀ ਹੈ ਸੋ ਮੈਂ ਉਸ ਨੂੰ ਹੁਕਮਾਂ ਦੀ ਪਾਲਣਾ ਕੀਤੀ ਹੈ ਔਰ ਲੁਧਿਆਣੇ ਦੇ ਲੋਕਾਂ ਨੇ ਵੀ ਕੋਈ ਕਸਰ ਨਹੀਂ ਛੱਡੀ ਬਹੁਤ ਪਿਆਰਾ ਪਿਆਰ ਦਿੱਤਾ ਤੁਸੀਂ ਕਹਿ ਰਹੇ ਹੋ ਕਿ ਕੈਂਪੇਨ ਬਹੁਤ ਵੀ ਤੇ ਚੱਲ ਰਹੀ ਹੈ ਜਿਹੜੇ ਤੁਹਾਡੇ ਆਪੋਨਿਟ ਹੈਗੇ ਨੇ ਖਾਸ ਤੌਰ ਉੱਤੇ ਰਵਨੀਤ ਬਿੱਟੂ ਹੋਰੀ ਉਹ ਇੱਕ ਹੀ ਗੱਲ بار-बार ਕਹਿੰਦੀ ਹੈ ਕਿ ਜੀ ਇਹ ਬਾਹਰ ਤੋਂ ਉਮੀਦਵਾਰ ਨੇ ਮੈਂ ਲੋਕਲ ਹੈਗਾ ਆ ਤੁਸੀਂ ਦੂਜੇ ਪਾਸੇ ਜਿਹੜੀ ਕੈਂਪੇਨ ਦੇ ਵਿੱਚ ਜੋ ਕਾਂਗਰਸ ਪਾਰਟੀ ਦੀਆਂ ਖੂਬੀਆਂ ਔਰ ਜੋ ਮੌਜੂਦਾ ਸਰਕਾਰ ਦੀਆਂ ਖਾਮੀਆਂ ਹੈਗੀਆਂ ਇਹਨੂੰ ਕਿਵੇਂ ਡੀਲ ਕਰ ਰਹੇ ਹੋ ਤੁਸੀਂ ਦੇਖੋ ਤਾਂ ਸਹੀ ਵੀ ਬਾਹਰ ਲੈ ਅੰਦਰ ਲੈ ਦਾ ਲੋਕਾਂ ਨੇ ਦੇਖਿਆ ਨਹੀਂ ਰਵਨੀਤ ਸਿੰਘ ਬਿੱਟੂ ਨੂੰ ਕਿ ਬਿੱਟੂ ਹੈ ਕੌਣ ਕਿਸ ਬਿੱਟੂ ਕਦੇ ਪਿੰਡ 'ਚ ਹੀ ਨਹੀਂ ਆਇਆ ਦੂਸਰੀ ਗੱਲ ਅਗਰ ਰਾਜਾਵੜਿੰਗ ਬਾਹਰ ਲੈ ਮੈਂ ਤਾਂ ਸਟੇਟ ਚ ਲੜ ਰਹੇ ਆਂ ਦੇਸ਼ ਦਾ ਪ੍ਰਧਾਨ ਮੰਤਰੀ ਆਦਰਨੀਆ ਨਰਿੰਦਰ ਮੋਦੀ ਜੀ ਜਾ ਕੇ ਬਨਾਰਸ ਤੋਂ ਚੋਣਾਂ ਲੜ ਰਹੇ ਨੇ ਸੋ ਐਵੇਂ ਫਾਲਤੂ ਔਰ ਬਿੱਟੂ ਜੀ ਖੁਦ ਅਨੰਦਪੁਰ ਸਾਬ ਤੋਂ ਚੋਣਾਂ ਲੜ ਕੇ ਆਏ ਨੇ ਫਿਰ ਜਲਾਲਾਬਾਦ ਜਾ ਕੇ ਚੋਣਾਂ ਲੜੇ ਭਗਵੰਤ ਮਾਨ ਜਾ ਕੇ ਜਲਾਲਾਬਾਦ ਤੋਂ ਚੋਣਾਂ ਲੜੇ ਬਸ ਸਰਦਾਰ ਪ੍ਰਕਾਸ਼ ਸਿੰਘ ਬਾਦਲ ਕਿਲਾ ਰਾਏਪੁਰ ਤੋਂ ਚੋਣਾਂ ਲੜੇ ਸੰਸੋ ਇਹੋ ਜੀਆਂ ਗੱਲਾਂ ਕਰਨੀਆਂ ਬੇਫਜ਼ੂਲ ਆ ਮੈਂ ਕੋਈ ਪਾਕਿਸਤਾਨ ਤੋਂ ਥੋੜੀਆਂ ਐ ਮੈਂ ਕਾਂਗਰਸ ਪਾਰਟੀ ਦਾ ਪ੍ਰਧਾਨ ਹੈ ਔਰ ਕਾਂਗਰਸ ਪਾਰਟੀ ਦਾ ਪ੍ਰਧਾਨ ਕਿਤੇ ਵੀ ਚੋਣਾਂ ਲੜ ਸਕਦਾ ਹੈ ਤੁਸੀਂ ਆਪਣੀ ਸਪੀਚ ਦੇ ਵਿੱਚ ਵੀ ਗੱਲ ਕਰ ਰਹੇ ਹੋ ਕਿ ਇਸ ਵਾਰੀ ਰਵਨੀਤ ਸਿੰਘ ਬੱਟੂ ਨੂੰ ਲੋਕ ਸਭਾ ਦੀ ਪੌੜੀਆਂ ਨਹੀਂ ਚੜਨ ਦੇਣਾ ਹੈਗਾ ਇਹ ਕੌਨਫੀਡੈਂਸ ਹੈ ਜਾਂ ਲੋਕਾਂ ਦਾ ਰੁਝਾਨ ਹੈ ਜਾਂ ਇੱਕ ਕੀ ਰੀਜ਼ਨ ਕੀ ਹੈ ਕਿ ਇਹਨਾਂ ਜਿਆਦਾ ਤਲਖੀ ਦੇ ਨਾਲ ਇਹ ਕਰ ਰਹੇ ਹੋ ਨਹੀਂ ਕੋਈ ਤਲਖੀ ਨਹੀਂ ਹੈ 100% ਲੋਕਾਂ ਨੇ ਉਹਨੂੰ ਨਕਾਰਤਾ ਹੈ ਪੌੜੀਆਂ ਬਿਲਕੁਲ ਨਹੀਂ ਚੜੇਗਾ ਪੌੜੀਆਂ ਕੀ ਦੇਸ਼ ਦੀ ਲੋਕ ਸਭਾ ਦੇ ਨੇੜੇ ਤੇੜੇ ਵੀ ਨਹੀਂ ਟਪਕੇਗਾ ਰਵਨੀਤ ਬੱਟੂ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਬੁਰੇ ਹੈ ਜਿਸ ਪ੍ਰਕਾਰ ਉਹ ਧੋਖਾ ਦੇ ਕੇ ਗਿਆ ਧੋਖੇ ਆਲਿਆਂ ਦੇ ਲਈ ਹਿੰਦੁਸਤਾਨੀਆਂ ਦੇ ਮਨਾਂ ਦੇ ਵਿੱਚ ਕਦੇ ਕੋਈ ਉਹ ਸਿੰਫਥੀ ਨਹੀਂ ਆਉਂਦੀ ਉਹਨਾਂ ਦੇ ਪ੍ਰਤੀ ਗੁੱਸਾ ਆਏਗਾ ਸੋ ਮੈਨੂੰ ਲੱਗਦਾ ਕਿ ਇਸੇ ਗੱਲ ਦਾ ਖਮਿਆਜਾ ਰਵਨੀਤ ਸਿੰਘ ਬਿੱਟੂ ਨੂੰ ਭੁਗਤਣਾ ਪਏਗਾ ਕਿਤੇ ਇਹ ਤਾਂ ਨਹੀਂ ਹੈਗੇ ਤੁਸੀਂ ਵੀ ਆਪਣਾ ਜਿਹੜਾ ਕਰੀਅਰ ਹੈ ਜਾਂ ਪ੍ਰਧਾਨਗੀ ਹੈ ਜੀ ਤੁਸੀਂ ਦਿੱਲੀ ਜਾਂਦੇ ਜਿਤਕੇ ਲੋਕ ਸਭਾ ਦਾ ਮੈਂਬਰ ਬਣ ਕੇ ਤੇ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਉਹ ਤੋਂ ਦੂਰ ਹੋਣਾ ਹੀ ਆ ਵੱਡਾ ਰਿਸਕ ਲਿਆ ਕਿ ਪ੍ਰਧਾਨਗੀ ਵੀ ਦਾਤੇ ਲਾਦੀ ਕਿ ਸਾਰੀ ਜ਼ਿੰਮੇਵਾਰੀ ਤੁਹਾਡੇ ਸਿਰ ਆ ਪੂਰੇ ਪੰਜਾਬ ਦੀ ਜੋਤੀ ਰੱਖਣ ਤੇ ਯਾਰ ਪਾਰਟੀ ਨੇ ਫੈਸਲਾ ਲੈਣਾ ਨਾ ਰਾਜੀਵ ਵੜਿੰਗ ਨੂੰ ਕਿੱਥੇ ਕੰਮ ਕਰਾਉਣਾ ਹੈ ਕੇਂਦਰ ਚ ਕਰਾਉਣਾ ਹੈ ਸਟੇਟ ਚ ਕਰਾਉਣਾ ਹੈ ਪਰ ਇਹ ਕੋਈ ਜ਼ਰੂਰੀ ਨਹੀਂ ਹੈ ਵੀ ਮੈਂ ਜਿੱਤ ਕੇ ਮੈਂ ਪੰਜਾਬ ਛੱਡਾਂਗਾ ਨਾ ਮੈਂ ਪੰਜਾਬ ਛੱਡੇ ਨਾ ਮੈਂ ਕਿਤੇ ਪੰਜਾਬ ਛੱਡਣਾ ਮੈਂ ਪੰਜਾਬ ਤੋਂ ਮੈਂਬਰ ਆਫ ਪਾਰਲੀਮੈਂਟ ਬਣਾਗਾ ਲੇਕਿਨ ਪੰਜਾਬ ਥੋੜੀ ਛੱਡਾਂਗਾ ਪੰਜਾਬ ਚ ਹੀ ਰਵਾਂਗਾ ਪੰਜਾਬ ਦੇ ਲੋਕਾਂ ਦੀ ਇਸ਼ੂਜ਼ ਰੇਜ਼ ਕਰਾਂਗਾ ਪੰਜਾਬ ਦੇ ਮੁੱਦਿਆਂ ਤੇ ਲੜਾਈ ਕਰਾਂਗਾ ਆਪਣੇ ਲੋਕਾਂ ਵਿੱਚ ਰਵਾਂਗਾ ਸਾ ਪਿਛਲੇ ਦਿਨਾਂ ਦੋ ਸਟੇਟਮੈਂਟਾਂ ਬਹੁਤ ਚਰਚਾ ਚ ਰਹੀਆਂ ਇੱਕ ਤੇ ਸੁਖਪਾਲ ਖੈਰਾ ਦੀ ਜੋ ਪ੍ਰਵਾਸੀ ਪੰਜਾਬੀਆਂ ਬਾਰੇ ਹੈ ਤੁਸੀਂ ਲੁਧਿਆਣਾ ਦੇ ਵਿੱਚ ਵੱਡੀ ਤਦਾਦ ਦੇ ਵਿੱਚ ਹੈ ਇਸ ਸਟੇਟਮੈਂਟ ਨੂੰ ਤੁਸੀਂ ਕਿਵੇਂ ਲੱਗਦੇ ਦੇਖੋ ਤੁਸੀਂ ਆਪਣੇ ਆਪ ਨਾ ਕਹੋ ਮੈਨੂੰ ਨਹੀਂ ਲੱਗਦਾ ਕਿ ਸੁਖਪਾਲ ਸਿੰਘ ਖੈਰਾ ਮੈਂ ਤਾਂ ਉਹ ਸੁਣ ਹੀ ਨਹੀਂ ਖੈਰਾ ਸਟੇਟਮੈਂਟ ਜੇ ਤੁਸੀਂ ਸੁਣੀ ਹੈ ਤਾਂ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਸੁਣੀ ਹੈ ਤਾਂ ਆਪਣੇ ਆਪ ਇਸ ਸਟੇਟਮੈਂਟ ਦੇ ਬਾਰੇ ਟਿੱਪਾ ਟਿੱਪ ਨਹੀਂ ਕਰ ਦਿੱਤੀ ਗਈ ਪ੍ਰਵਾਸੀ ਸਾਡੇ ਪੰਜਾਬ ਦਾ ਇੱਕ ਬਹੁਤ ਮਹੱਤਵਪੂਰਨ ਅੰਗ ਹੈ ਅਗਰ ਪਰਵਾਸੀ ਭਰਾ ਨਾ ਹੁੰਦੇ ਤਾਂ ਸ਼ਾਇਦ ਲੁਧਿਆਣਾ ਇੰਨੀ ਤਰੱਕੀ ਨਾ ਕਰਦਾ ਜਿਨ੍ਹਾਂ ਨੂੰ 20-20 ਸਾਲ ਹੋ ਗਏ ਇੱਥੇ ਰਹਿੰਦਿਆਂ ਨੂੰ ਉਹ ਪੰਜਾਬੀ ਹੋ ਗਏ ਆ ਉਹ ਪਰਵਾਸੀ ਨਹੀਂ ਰਹੇ ਹੈ ਤਾਂ ਫਿਰ ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਵੀ ਆਏ ਸੀ ਉਹ ਪਾਕਿਸਤਾਨੀ ਥੋੜੀ ਹੈ ਸੋ ਜਿਹੜੇ ਬੰਦਾ ਇਸ ਧਰਤੀ ਨੂੰ ਪਿਆਰ ਕਰਦਾ ਔਰ ਉਸ ਧਰਤੀ ਤੇ ਆਪ ਦਾ ਉਹਦੀ ਕਰਮ ਭੂਮੀ ਹੈ ਉਹ ਉੱਥੋਂ ਦਾ ਨਿਵਾਸੀ ਹੈ ਮੈਨੂੰ ਨਹੀਂ ਪਤਾ ਕੋਈ ਕੌਣ ਕੀ ਕਹਿੰਦਾ ਕੌਣ ਨਹੀਂ ਕਹਿੰਦਾ ਕਿਸੇ ਦਾ ਕੋਈ ਨਿੱਜੀ ਵਿਚਾਰ ਹੋ ਸਕਦਾ ਹੈ ਜੇ ਕਿਸੇ ਨੇ ਕੁਝ ਕਿਹਾ ਹੈ ਰਾਜਾ ਵੜਿੰਗ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਸਟੈਂਡ ਹੈ ਕਿ ਇੱਕ ਤਾਂ ਉਹ ਪ੍ਰਵਾਸੀ ਨਹੀਂ ਉਹ ਪੰਜਾਬੀ ਹੈ ਔਰ ਉਹਨਾਂ ਦਾ ਉਹਨਾਂ ਹੀ ਅਧਿਕਾਰ ਹੈ ਜਿੰਨਾ ਇੱਥੇ ਪੈਦਾ ਹੋਏ ਕਿਸੇ ਹੋਰ ਵਿਅਕਤੀ ਦਾ ਉਹਨਾਂ ਹੀ ਉਹਨਾਂ ਲੋਕਾਂ ਦਾ ਅਧਿਕਾਰ ਹੈ ਕਿਉਂਕਿ ਇਹ ਤਾਂ ਮਿਹਨਤ ਹੈ ਅਸੀਂ ਅਮਰੀਕਾ ਕੈਨੇਡਾ ਜਾਂਦੇ ਹਾਂ ਉੱਥੇ ਕਮਾਈ ਕਰਦੇ ਹਾਂ ਉੱਥੇ ਆਪਣੀ ਜਗ੍ਹਾ ਬਣਾਉਂਦੇ ਹਾਂ ਕੋਈ ਵਿਅਕਤੀ ਕਿਤੇ ਵੀ ਜਾਵੇ ਹਾਂ ਜਿੱਥੇ ਤੱਕ ਮੈਨੂੰ ਪਤਾ ਲੱਗਿਆ ਖੈਰ ਇਹਨੇ ਕੀ ਕਿਹਾ ਖੈਰਾ ਸਾਹਿਬ ਕਹਿੰਦੇ ਵੀ ਜਮੀਨ ਜਾਇਦਾਦ ਲੈਣ ਦੇ ਮਾਮਲੇ ਜਿਵੇਂ ਹਿਮਾਚਲ ਨੇ ਕਾਨੂੰਨ ਬਣਾਇਆ ਵੀ ਉੱਥੇ ਕੋਈ ਗੈਰ ਹਿਮਾਚਲੀ ਜਾਇਦਾਦ ਨਹੀਂ ਲੈ ਸਕਦਾ ਐਵੇਂ ਗੁਜਰਾਤ 'ਚ ਵੀ ਹੈ ਕਹਿੰਦੇ ਹੁਣ ਉਹ ਕਹਿੰਦੇ ਇਸ ਤਰ੍ਹਾਂ ਦੀ ਮੈਂ ਗੱਲ ਕੀਤੀ ਹੈ ਮੈਨੂੰ ਪੰਜਾਬ ਹਰਿਆਣਾ ਬਿਹਾਰ ਦੇ ਤੇ ਉੱਤਰ ਪ੍ਰਦੇਸ਼ ਦੇ ਕਿਸੇ ਵਿਅਕਤੀ ਤੋਂ ਕੋਈ ਇਤਰਾਜ਼ ਨਹੀਂ ਹੈ ਚੰਡੀਗੜ੍ਹ ਨੂੰ ਲੈ ਕੇ ਪੰਜਾਬ ਕਾਂਗਰਸ ਦਾ ਸਟੇਟਮੈਂਟ ਕੀ ਹੈ ਕਿਉਂਕਿ ਮਨੀਸ਼ ਤਿਵਾੜੀ ਹੋ ਰਹੇ ਨੇ ਸਿਟੀ ਸਟੇਟ ਦਾ ਉਹ ਚ ਕਿਹਾ ਕਿ ਉਹ ਦਰਜਾ ਦਿਵਾਉਣਗੇ ਪੰਜਾਬ ਕਾਂਗਰਸ ਦੇ ਵਿੱਚ ਕੀ ਸਟੈਂਡ ਹੈਗਾ ਹੈ ਕੀ ਦੋਗਣ ਇਹ ਦਰਜਤ ਹੋਣਗੇ ਉਹਨੇ ਕਿਹਾ ਕਿ ਇੰਡੀਪੈਂਡੈਂਟ ਤੌਰ ਤੇ ਹੁਣ ਪੰਜਾਬ ਕਲੇਮ ਕਰਦਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਆ ਪਰ ਉਹ ਅਗਰ ਜੋ ਉਹਨਾਂ ਨੇ ਦਾਵਾ ਕੀਤਾ ਹੈ ਕਿ ਅਸੀਂ ਜੇ ਮਜੱਦਾ ਤਾਂ ਇੱਕ ਪੰਜਾਬ ਕਾਂਗਰਸ ਨੇ ਸਟੈਂਡ ਕੀ ਹੈ ਕਿ ਚੰਡੀਗੜ੍ਹ ਪੰਜਾਬ ਦਾ ਯਾਰ ਪਤਾ ਨਹੀਂ ਕੀ ਕੀ ਉਹਨਾਂ ਨੇ ਟੂ ਬੀ ਵੈਰੀ ਓਨੈਸਟ ਕਿਉਂਕਿ ਮੈਂ ਤਾਂ ਚੋਣਾਂ ਵਿੱਚ ਵਿਅਸਤ ਹਾਂ ਪਤਾ ਨਹੀਂ ਲੱਗਦਾ ਕੌਣ ਕੀ ਕਹਿ ਗਿਆ ਹੈ ਔਰ ਕਿਹਾ ਹੈ ਕਿ ਨਹੀਂ ਕਿਹਾ ਹੈ ਰੀਬੜੀ ਵੀ ਕੋਈ ਪੁਸ਼ਟੀ ਨਹੀਂ ਹੈ ਪਰ ਮੈਂ ਇਹ ਗੱਲ ਕਹਿਣਾ ਕਿ ਚੰਡੀਗੜ੍ਹ ਪੰਜਾਬ ਦਾ ਹਿੱਸਾ ਹੈ ਕਿਉਂਕਿ ਬਹੁਤ ਸਾਰੇ ਪੰਜਾਬੀ ਪਿੰਡੂ ਜਿਹੜੇ ਸਨ ਜਿਹੜੇ ਚੰਡੀਗੜ੍ਹ ਵਸਿਆ ਔਰ ਚੰਡੀਗੜ੍ਹ ਪੰਜਾਬ ਦੀ ਰਾਜਧਾਨੀ ਹੈ ਅੱਜ ਨਹੀਂ ਤਾਂ ਕੱਲ ਅਸੀਂ ਆਪਦਾ ਜਿਹੜਾ ਕਲੇਮ ਹੈ ਉਹ ਲੈ ਕੇ ਰਵਾਂਗੇ ਔਰ ਚੰਡੀਗੜ੍ਹ ਪੰਜਾਬ ਦੇ ਹਿੱਸੇ ਆਵੇ ਇਹ ਸਾਡੀ ਹਮੇਸ਼ਾ ਦਿੱਲੀ ਅੱਛਾ ਰਹੇਗੀ ਅੱਜ ਅਸੀਂ ਸਭ ਮੁਕਾਬਲਾ ਕੀ ਦੇਖ ਰਹੇ ਹੁਧਿਆਣਾ ਸੀਟ ਦੇ ਉੱਤੇ ਇੱਕ ਪਾਸੇ ਕਾਂਗਰਸ ਹੈ ਇੱਕ ਪਾਸੇ ਭਾਜਪਾ ਹੈ ਦੂਜੇ ਪਾਸੇ ਆਮ ਆਦਮੀ ਪਾਰਟੀ ਹੈ ਯਾਰ ਹੁਣ ਮੇਰੇ ਕੋਲੇ ਕੋਈ ਥਰਮਾਮੀਟਰ ਤਾਂ ਹੈ ਨਹੀਂ ਭਰਾ ਬਟहां ਮੈਨੂੰ ਲੱਗਦਾ ਕਿ ਮੈਨੂੰ ਕੁਝ ਦਿੱਖਦਾ ਰਿਹਾ ਨਹੀਂਗਾ ਕਿਸੇ ਦਾ ਕੈਂਡੀਡੇਟ ਦਾ ਫੇਰ ਕੁਝ ਚੱਲ ਰਿਹਾ ਹੋਵੇ ਅਗਲੇ ਦਾ ਤਾਂ ਮੈਨੂੰ ਪਤਾ ਨਹੀਂ ਹੈ ਬਟ ਮੁਕਾਬਲਾ ਮੁਕਾਬਲਾ ਇਸ ਸਮੇਂ ਤਾਂ ਯਾਰ ਸਮਝ ਨਹੀਂ ਆ ਰਹੀ ਮੈਨੂੰ ਨਹੀਂ ਲੱਗਦਾ ਕੋਈ ਮੁਕਾਬਲਾ ਜਿਸ ਪ੍ਰਕਾਰ ਦਾ ਲੋਕਾਂ ਦਾ ਉਤਸ਼ਾਹ ਪ੍ਰੇਮ ਪਿਆਰ ਮਿਲ ਰਿਹਾ ਹੈ ਕਿਸੇ ਪ੍ਰਕਾਰ ਦਾ ਕੋਈ ਮੁਕਾਬਲਾ ਓਵਰਆਲ ਪੰਜਾਬ ਚ ਕੰਡੀਸ਼ਨ ਕਿਵੇਂ ਦੇਖ ਰਹੇ ਹੋ ਪਾਰਟੀ ਦੀ ਓਵਰਆਲ ਮੈਨੂੰ ਉਮੀਦ ਹੈ ਕਿ ਅਸੀਂ ਸਾਰੀਆਂ ਪਾਰਟੀਆਂ ਤੋਂ ਵੱਧ ਵੋਟਾਂ ਲੈ ਕੇ ਜਾਵਾਂਗੇ ਔਰ ਵੋਟ ਪਰਸੈਂਟੇਜ ਵੀ ਸਾਡਾ ਜਿਆਦਾ ਹੋਏਗਾ 8 ਤੋਂ 10 ਸੀਟਾਂ ਕਾਂਗਰਸ ਪਾਰਟੀ ਦੇ ਹਿੱਸੇ ਮੰਗਿਆ ਚਾਹੀਦੀਆਂ ਮੈਂ 13 ਦੀਆਂ 13 ਤਾਂ ਨਹੀਂ ਕਹਿੰਦਾ 13 ਦੇ 13 ਜਗ੍ਹਾ ਤੇ ਸਾਡੇ ਟਫ ਮੁਕਾਬਲੇ ਕਰਦਾ ਵਾਈਟ ਰੂਚੀ ਖਾਲਸਾ ਸ਼ੁਕਰਪੁਰ ਦਿੱਖੇ ਲੁਧਿਆਣਾ ਨੂੰ ਲੈ ਕੇ ਵਿਜ਼ਨ ਡਾਕੂਮੈਂਟ ਕੀ ਹੈ ਔਰ ਖਾਸ ਤੌਰ ਤੇ ਕਿ ਕਿ ਤੁਸੀਂ ਕਿਸਾਨੀ ਦੀ ਗੱਲ ਕਰ ਰਹੇ ਹੋ ਤੁਸੀਂ ਸਰਕਾਰ ਦੀਆਂ ਆਗੀਆਂ ਵਿਜ਼ਨ ਕੀ ਹੈ ਲੁਧਿਆਣਾ ਨੂੰ ਲੈ ਕੇ ਕਿਉਂ ਇੰਡਸਟਰੀ ਹੈ ਨਹੀਂ ਯਾਰ ਡਰਾਈਵ ਇਟ ਜਿਹੜਾ ਅਸੀਂ ਡਾਕੂਮੈਂਟ ਜਾਰੀ ਕੀਤਾ ਹੈ ਵਿਜ਼ਨ ਡਾਕੂਮੈਂਟ ਉਹ ਨਾ ਹੈ ਡਰਾਈਵ ਇਟ ਸੋਰੇ ਵਿੱਚ ਤਮਾਮ ਸਾਰੀਆਂ ਗੱਲਾਂ ਇੰਡਸਟਰੀ ਨੂੰ ਲੈ ਕੇ ਵੀ ਆ ਲੋਕਾਂ ਨੂੰ ਲੈ ਕੇ ਵੀ ਆ ਪ੍ਰਵਾਸੀਆਂ ਨੂੰ ਲੈ ਕੇ ਵੀ ਆ এনवायरमेंट ਨੂੰ ਲੈ ਕੇ ਵੀ ਆ ਇਨਫਰਾਸਟ੍ਰਕਚਰ ਨੂੰ ਲੈ ਕੇ ਵੀ ਆ ਸੋ ਡੈਡੀਕੇਟਡ ਆਫਿਸ ਨੂੰ ਲੈ ਕੇ ਵੀ ਆ ਤਮਾਮ ਸਭ ਹੈਗਾ ਉਸ ਡਾਕੂਮੈਂਟ ਦੇ ਵਿੱਚ ਅਸੀਂ ਦਿੱਤਾ ਹੈ ਕਿ ਲੋਕਾਂ ਨੂੰ ਮਿਲ ਕੇ ਹਜੇ ਉਹ ਡਾਕੂਮੈਂਟ ਓਪਨ ਵੀ ਹੈਗਾ ਕਿ ਕਿਸੇ ਦੇ ਹੋਰ ਚੰਗੇ ਸੁਝਾਅ ਆਉਂਦੇ ਆ ਉਹਨਾਂ ਨੂੰ ਵੀ ਉਰੇ ਵਿੱਚ ਲੈ ਕੇ ਐਡ-ਆਨ ਕਰਾਂਗੇ ਡਾਕਟਰ ਇੱਕ ਮੁੱਦਾ ਜਿਹੜਾ ਇਸ ਵੇਲੇ ਪੰਜਾਬ 'ਚ ਪਖਿਆ ਆਇਆ ਔਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਵੀ ਪੰਜਾਬ ਆ ਰਹੇ ਨੇ ਔਰ ਕਿਸਾਨ ਵਰਸਸ ਬੀਜੇਪੀ ਔਰ ਦੂਜੇ ਪਾਸੇ ਬੀਜੇਪੀ ਦੇ ਪ੍ਰਧਾਨ ਸ੍ਰੀਲ ਜਾਖੜ ਤੁਹਾਡੇ ਪੁਰਾਣੇ ਪਾਰਟੀ ਦੇ ਪ੍ਰਧਾਨ ਰਹੇ ਨੇ ਉਹ ਹੀ ਕਹਿ ਰਹੇ ਕਿ ਇਹ ਸਕ੍ਰਿਪਟਡ ਹੈ ਬਾਈ ਕਾਂਗਰਸ ਸ਼ਰਮ ਹੋਣੀ ਚਾਹੀਦੀ ਹੈ ਮੈਂ ਕਹੂੰਗਾ ਜਾਖੜ ਨੂੰ ਕਿਸਾਨ ਦਾ ਪੁੱਤ ਉਹ ਕੀ ਗੱਲ ਕਹਿੰਦਾ ਜਦੋਂ ਤੁਸੀਂ ਕਾਂਗਰਸ ਸੀ ਉਦੋਂ ਵੀ ਸਕ੍ਰਿਪਟਡ ਸੀ ਤੁਸੀਂ ਦੱਸੋ ਦੀ ਬਤੌਰ ਕਾਂਗਰਸ ਪਾਰਟੀ ਦੇ ਪ੍ਰਧਾਨ ਸੀ ਸੁਨੀਲ ਕੁਮਾਰ ਜਾਖੜ ਉਦੋਂ ਵੀ ਕਿਸਾਨ ਯੂਨੀਅਨ ਤਰਨਾ ਲਿਆ ਸੀ ਇਹਦਾ ਮਤਲਬ ਉਦੋਂ ਤੁਸੀਂ ਵੀ ਇਸ ਸਕ੍ਰਿਪਟ ਦਾ ਪਾਰਟ ਸੀਗੇ ਜਿਹਨੋ ਮੈਂਬਰ ਆਫ ਪਾਰਲੀਮੈਂਟ ਜਾਖੜ ਤੇ ਪ੍ਰਧਾਨ ਇਹਨਾਂ ਨੇ ਤਰਨਾ ਲਾਇਆ ਉੱਥੇ ਜੰਤਰ ਮੰਤਰ ਤੇ ਵੀ ਔਰ ਹਮੇਸ਼ਾ ਕਿਸਾਨਾਂ ਦੀ ਗੱਲ ਕਰਦਾ ਸੀ ਜਾਖੜ ਇਹਦਾ ਮਤਲਬ ਸਕ੍ਰਿਪਟਡ ਤਾਂ ਉਦੋਂ ਦਾ ਚੱਲ ਰਿਹਾ ਹੋਣਾ ਸੋ ਦੋਹਰੀ ਗੱਲ ਨਹੀਂ ਕਰਨੀ ਚਾਹੀਦੀ ਉਹ ਵੀ ਆਪਣੇ ਆਪ ਨੂੰ ਜਿਹੜਾ ਬੰਦਾ ਕਿਸਾਨ ਕੋ ਹੁੰਦਾ ਉਹਨੂੰ ਖਾਸ ਕਰਕੇ ਜਿਆਦਾ ਦੇ ਕਿਸਾਨ ਨੂੰ ਰਾਹਤ ਦੇਣੀ ਚਾਹੀਦੀ ਹੈ ਜਿਹਨੋਂ ਦੀ ਫਸਲ ਤੁਸੀਂ ਚੱਕ ਹੀ ਰਹੇ ਹੋ ਤਾਂ ਫਿਰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਇਹ ਕਾਨੂੰਨ ਬਣਾ ਦਿਓ ਵੀ ਇਹਸ ਭਾਤੋਂ ਘੱਟ ਅਗਰ ਭਾਅ ਮਿਲੇਗਾ ਤਾਂ ਉਹ ਗਵਰਨਮੈਂਟ ਖਰੀਦੇਗੀ ਪ੍ਰਾਈਵੇਟ ਲੈ ਜੇ ਉਸ ਤੋਂ ਬਾਅਦ ਲੈ ਕੇ ਲੈ ਕੇ ਜਾਂਦਾ ਤਾਂ ਕੋਈ ਸੋ ਮੰਗ ਕੀ ਰਿਹਾ ਤੁਸੀਂ ਕਹਿ ਰਹੇ ਨਹੀਂ ਅਸੀਂ ਸਰਕਾਰੀ ਖਰੀਦ ਚਾਰੀ ਰੱਖਾਂਗੇ ਜੇ ਤੁਸੀਂ ਜਾਰੀ ਰੱਖੋਣੀ ਹੈ ਤਾਂ ਫਿਰ ਤੁਸੀਂ ਕਹਦੇ ਹੋ ਲੀਗਲ ਗਾਰੰਟੀ ਹੈ ਮੈਂ ਜਦੋਂ ਤੁਹਾਡੇ ਪੈਸੇ ਦੇਣੀ ਹੈ ਮੈਨੂੰ ਪ੍ਰੋਨੋਟ ਭਰਨ ਚ ਹਰਜ ਕੀ ਹੈ ਜੇ ਮੈਂ ਥੋੜੇ ਪੈਸੇ ਮੁਕਰਨੇ ਆ ਤਾਂ ਫਿਰ ਮੈਂ ਕਹੂੰਗਾ ਮੈਂ ਤੁਹਾਡੇ ਨਾਂ ਪਰਨੋਟ ਨਹੀਂ ਭਰੂੰਗਾ ਸਭ ਇੱਕ ਚੀਜ਼ ਮੈਂ ਜਾਨਣਾ ਚਾਹਾਂਗਾ ਤੁਹਾਡੇ ਕੋਲ ਕਿ ਜੋ ਪਾਰਟੀ ਦੇ ਖਾਸ ਤੋ ਕੈਂਡੀਡੇਟ ਇਸ ਵਾਰੀ ਪੰਜਾਬ ਚ ਸ਼ਿਫਟਿੰਗ ਬਹੁਤ ਹੋਈ ਆ ਕਾਂਗਰਸ ਆਪ ਪਾਰਟੀ বিজেਵੀ ਵੱਲੋਂ ਚਲਾ ਗਿਆ ਬਲੇ ਇਹ ਜਿਹੜਾ ਕਿਰਦਾਰ ਹੈ ਨੇਤਾਵਾਂ ਦਾ ਇਹਦੇ ਪਿੱਛੇ ਤੁਸੀਂ ਕੀ ਦੇਖ ਪਾ ਰਹੇ ਹੋ ਕਿਉਂਕਿ ਕੋਈ ਸਵਾਰਥ ਹੈ ਜਾਂ ਕਿਰਦਾਰ ਦੀ ਕਮੀ ਹੈ ਇਹ ਕਿਹ ਰੀਜ਼ਨ ਹੈ ਦੋਵੇਂ ਚੀਜ਼ਾਂ ਬ੍ਰਦਰ ਕਿਰਦਾਰ ਦੀ ਵੀ ਕਮੀ ਹੈ ਸਵਾਰਥ ਵੀ ਹੈ ਪਰ ਮੈਨੂੰ ਲੱਗਦਾ ਕਿ ਲੋਕ ਜਿਹੜੇ ਇਹੋ ਜਿਹੇ ਲੋਕਾਂ ਨੇ ਜਿਨ੍ਹਾਂ ਨੇ ਇਧਰੋਂ ਇਧਰ ਤੇ ਇਧਰੋਂ ਇਧਰ ਉਹਨਾਂ ਨੂੰ ਸਭ ਕੁਝ ਰੂਲ ਸਿਖਾਉਣਗੇ ਲੋਕਾਂ। ਓਵਰ ਆਲ ਜਿਹੜੀ ਕੇਂਦਰ ਦੀ ਪੋਲਿਟਿਕਸ ਹੈ ਬੀਜੇਪੀ ਨੂੰ ਕਿਵੇਂ ਦੇਖ ਰਹੇ ਹੋ ਕਾਂਗਰਸ ਦਾ ਸਟੈਂਡ ਬਲਕਿ ਦੇਖ ਰਹੇ ਹੋ। ਬਲਕਿ ਹੈਗਾ ਕਿ ਇਸ ਵੇਲੇ ਜਿਹੜੀ ਸਭ ਤੋਂ ਹੁਣ ਲਾਸਟ ਫੇਸ ਤੇ ਪਹੁੰਚਣ ਵਾਲਾ ਇਲੈਕਸ਼ਨ ਆ ਲਾਸਟ ਪੰਜਾਬ ਦੀ ਇਲੈਕਸ਼ਨ ਹੈਗੇ ਨੇ। ਓਵਰ ਆਲ ਕਿਵੇਂ ਅਸੈਸ ਕਰ ਰਹੇ ਹੋ? ਦੇਖੋ ਓਵਰ ਆਲ ਅਕਸਸ ਮੈਂ ਕਰ ਰਿਹਾ ਕਿ ਕਾਂਗਰਸ ਦੀ ਬੋਚੰਗ ਹੀ ਪੋਜੀਸ਼ਨ ਹੈ। ਔਰ ਚਾਹੇ ਤੇ ਮੋਦੀ ਸਾਹਿਬ ਆਜਨ ਚਾਹੇ ਲੜਾਉਣ ਦੀ ਕੋਸ਼ਿਸ਼ ਕਰ ਲੈਣ ਕਿਉਂਕਿ ਪੰਜਾਬ ਦਾ ਜਿਹੜਾ ਹਿੰਦੂ ਆ ਵੀ ਬੜਾ ਮੋਡਰੇਟ ਹਿੰਦੂ ਹੈ ਟੈਰੋਰੀਜ਼ਮ ਦੇ ਸਮੇ ਵੀ ਹਿੰਦੂਆਂ ਦੀ ਸਿੱਖਾਂ ਦੀ ਆਪਸ ਵਿੱਚ ਬਹੁਤ ਪਾਈਚਰ ਰਿਆ ਹੈ ਸੋ ਮੈਨੂੰ ਨਹੀਂ ਲੱਗਦਾ ਕਿ ਮੋਦੀ ਜੀ ਆਪਣੇ 파ਰਟੀਨਾ ਦੇ ਨਾਲ ਇੱਥੇ ਕੋਈ ਤਬਦੀਲੀ ਲਿਆ ਸਕਣਗੇ ਜਾਂ ਇਨ ਖਿਲਾਫ ਖੜਾ ਕਰ ਸਕਣਗੇ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਪਤਲੇ ਨੇ ਅండ్ ਪੀਪਲ ਡੋਨਟ ਲਾਈਕ ਮਿਸ 모ਦੀ बिकॉज 모ਦੀ ਸਾਹਿਬ ਰੋਜ ਕੋਈ ਐਸੀ ਗੱਲ ਕਰਦੇ ਨੇ ਜਿਹਦੇ ਨਾਲ ਦੇਸ਼ ਦੇ ਭਾਈਚਾਰਾ ਤੇ ਇਕਤਾ ਸਾਂਝ ਟੁੱਟਣ ਦਾ ਖਤਰਾ ਹੈ ਪੰਜਾਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਹੋਰਾਂ ਨੇ ਇੱਕ ਨਾਅਰਾ ਦਿੱਤਾ 13 0 ਦਾ ਤੁਸੀਂ ਬਾਕੀ ਹਲਕਿਆਂ 'ਚ ਵੀ ਗਏ ਹੋ ਲੁਧਿਆਣਾ 'ਚ ਵੀ ਕੈਂਪੇਨ ਕਰ ਰਹੇ ਹੋ ਇਸ ਨਾਅਰੇ ਦੀ ਹਕੀਕਤ ਸੋ ਇਹ ਪਤਾ ਲੱਗ ਜਿਆ ਯਾਰ ਚਾਰ ਨੂੰ ਇਸ ਨਾਅਰੇ ਦੀ ਕੀ ਕੀਤਾ ਹਕੀਕਤ ਹੈ ਕਿਉਂਕਿ ਮਾਨ ਸਾਹਿਬ ਦਾ ਜਿਹੜਾ ਕੋਈ ਪਤਾ ਲੱਗਦਾ ਇਹ ਕੋਈ ਇਹ ਕੋਈ ਕਿਸੇ ਮਹਾਪੁਰਸ਼ ਨੇ ਕਿਹਾ ਤਾਂ ਵੀ 13 ਜ਼ੀਰੋ ਹੈ ਮਾਇਨੇ ਮਾਨ ਸਾਹਿਬ ਨੂੰ ਪਤਾ ਲੱਗ ਜਾਊਗਾ ਤੁਹਾਡੀ ਸਿੱਧੀ ਪ੍ਰੈਡਿਕਸ਼ਨ ਕਰਕੇ ਕਿ ਇਹ ਤੇ ਪੱਪੀ ਜਿੱਤੇਗਾ ਜੀ ਹਾਂ ਟਾਈਮ ਦੱਸੂਗਾ ਪੱਪੀ ਜਿੱਤਦਾ ਕਿ ਰਾਜਾ ਉੜਿੰਗ ਜਿੱਤਦਾ ਮੈਂ ਤਾਂ ਕਹੀ ਜਾਂਦਾ ਜਦੋਂ 13 ਜ਼ੀਰੋ ਦੀ ਪ੍ਰੈਡਿਕਸ਼ਨ ਕਰ ਗਿਆ ਤਾਂ ਫਿਰ ਤਾਂ 13 ਦੀ ਤੇਰੇ ਹੀ ਉਰੇ ਹੋਗੇ ਨਾ ਸਮਾਂ ਦੱਸ